ਪੰਥਕ ਅਕਾਲੀ ਲਹਿਰ ਦੀ ਮੈਂਬਰਸ਼ਿਪ ਜਿਹੜੀ ਆ ਉਹ ਸ਼ੁਰੂਆਤ ਅਸੀਂ ਕੀਤੀ ਆ, ਉਹਦੇ ਲਈ ਅਸੀਂ ਸਿੱਖ ਸੰਗਤਾਂ ਦੇ ਵਿੱਚ ਆਪਣੀ ਗੱਲ ਜਾ ਰਹੇ ਹਾਂ ਅਤੇ ਉਹਨਾਂ ਨੂੰ ਪ੍ਰੇਰ ਹੈ ਕਿ ਤੁਸੀਂ ਵੱਧ ਤੋਂ ਵੱਧ ਇਹਦੇ ਮੈਂਬਰ ਬਣੋ ਤਾਂ ਕਿ ਅਸੀਂ ਆਪਣੇ ਖਾਲਸਾ ਧਰਮ ਨੂੰ, ਪੰਥ ਦੇ ਗ੍ਰੰਥ ਦੇ ਸਿਧਾਂਤ ਨੂੰ, ਮੀਰੀ ਪੀਰੀ ਦੇ ਸਿਧਾਂਤ ਨੂੰ, ਕਾਲ ਤਖਤ ਨੂੰ ਬਚਾ ਸਕੀਏ, ਗੁਰੂ ਦੀ ਗੋਲਕ ਬਚਾ ਸਕੀਏ, ਜਿੱਥੋਂ ਗਰੀਬ ਬੱਚਿਆਂ ਨੂੰ ਹੈਲਪ ਮਿਲ ਸਕੇ, ਜਿੱਥੋਂ ਗਰੀਬ ਵਿਧਵਾ ਔਰਤ ਨੂੰ ਕੋਈ ਦਾਣਾ ਫੱਕਾ ਮਿਲ ਸਕੇ, ਜਿੱਥੇ ਗਰੀਬ ਲੋੜਵੰਦ ਦਾ ਇਲਾਜ ਹੋ ਸਕੇ, ਜਿਸ ਵਜ੍ਹਾ ਕਰਕੇ ਜਿੱਥੇ ਯਾਤਰੂ ਨੂੰ ਉਹਦੀ ਸਹੂਲਤਾਂ ਮਿਲਣ, ਉਹਦੇ ਮੱਥਾ ਟੇਕਣ ਗਏ ਨੂੰ, ਤੋ ਉਹਦੇ ਲਈ ਬੜਾ ਸੋਹਣਾ ਪ੍ਰਭਾਵ ਸਾਨੂੰ ਸਾਰੀ ਜਗ੍ਹਾ ਤੋਂ ਮਿਲ ਰਿਹਾ। ਮਹਾਰਾਜ ਕਿਰਪਾ ਕਰੇ, ਅਸੀਂ ਸਾਰੀ ਜਗ੍ਹਾ 'ਤੇ ਪ੍ਰਚਾਰ ਕਰ ਰਹੇ ਹਾਂ ਕਿ ਸਾਡੇ ਪੰਥਕ ਲਹਿਰ ਦੇ ਮੈਂਬਰ ਬਣੋ, ਉਹਦਾ ਫਾਰਮ ਲਓ। ਸੰਬੰਧਕ ਕਮੇਟੀ ਦਾ ਚੋਣ ਲੜੂਗੀ, ਉਹਦੇ ਲਈ ਹੀ ਇਹ ਜਮਾਤ ਬਣਾਈ, ਰਿਲੀਜੀਅਸ ਜਮਾਤ ਬਣਾਈ ਹੈ, ਪੋਲੀਟੀਕਲ ਨਹੀਂ। ਅਤੇ ਪ੍ਰਬੰਧਕ ਕਮੇਟੀ ਦੇ ਚੋਣਾਂ ਲੜਨ ਲਈ ਹੀ ਬਣਾਈ ਹੈ, ਬਾਦਲ ਦਾ ਮੁਕਾਬਲਾ ਕਰਨ ਲਈ ਬਣਾਈ ਹੈ, ਕਰਕੇ ਉਹਦੇ ਕਰਕੇ ਅਸੀਂ ਇਹ 100 ਸਾਲ ਸਾਨੂੰ ਲੱਗਦਾ ਕਿ ਛੱਪੜ ਦਾ ਪਾਣੀ ਖੜਾ ਖੜਾ ਬੋ ਮਾਰ ਜਾਂਦਾ, ਜਿਸ ਤਰ੍ਹਾਂ ਇਹ 99 ਸਾਲ ਦਾ ਬਾਬਾ ਬੋੜ ਨੇ ਜਿਹੜਾ ਕਬਜ਼ਾ ਕੀਤਾ ਅਕਾਲੀ ਦਲ 'ਤੇ, ਅਤੇ ਉਹ ਬੋ ਮਾਰਨ ਲੱਗ ਪਿਆ ਹੁਣ ਪਾਣੀ ਅੰਦਰ। ਰਹਿਣੂ ਮਹੰਤ ਤੋਂ ਜ਼ਿਆਦਾ ਖਤਰਨਾਕ ਬੰਦੇ ਜਿਹੜੇ ਆ ਉਹ ਗੁਰੂ ਘਰ 'ਚ ਪ੍ਰਵੇਸ਼ ਕਰ ਗਏ। ਆਇਆ ਕਿ ਸਾਰਾ ਬਜਟ ਜਿਹੜਾ ਉਹ ਜਿਸ ਤਰ੍ਹਾਂ ਪੰਜਾਬ ਨੂੰ ਨੰਗ ਕਰ ਗਿਆ, ਪੰਜਾਬ ਦਾ ਸਿਰ ਮੁੰਨ ਕੇ ਸੁੱਟ ਗਿਆ, ਅੱਜ ਨਾ ਕੋਈ ਨੌਕਰੀ ਬੱਚੇ ਕੋਲ ਬਾਹਰ ਜਾਣ ਡਏ ਨੇ, ਨਾ ਨੌਕਰੀ ਆ ਅਤੇ ਨਾ ਹੀ ਕੋਈ ਕਾਰੋਬਾਰ ਹੈ। ਤੋ ਸਾਡਾ ਪੰਜਾਬ ਅੱਜ ਫਾਡੀਆਂ ਦੇ ਵਿੱਚ ਗਿਣਿਆ ਜਾ ਰਿਹਾ, ਕਰਜ਼ਾਈ ਹੋਇਆ ਪਿਆ, ਯਾਨੀ ਪੰਜਾਬ ਦੀ ਇਨਕਮ ਨਹੀਂ ਪੂਰੀ ਪੰਜਾਬ ਸਰਕਾਰ ਨੂੰ, ਜਿੰਨਾ ਉਹਨੂੰ ਵਿਆਜ ਦੇਣਾ ਪੈ ਰਿਹਾ, ਜਿੰਨਾ ਇਹ ਕਰਜ਼ਾਈ ਕਰ ਗਿਆ। 60,000 ਕਰੋੜ 'ਤੇ ਹੁਣੇ ਜਾਂਦਾ ਜਾਂਦਾ ਹੀ ਨਵਾਂ ਚੜ੍ਹਾ ਗਿਆ। ਸਾਡੀ ਪਾਰਟੀ 'ਚ ਇਲੈਕਸ਼ਨ ਉਹ ਲੜ ਸਕਦਾ ਬੰਦਾ ਜਿਹੜਾ ਐਕਟ ਅਨੁਸਾਰ ਧਰਮੀ ਹੋਊਗਾ, ਸ਼ਰਤਾਂ ਪੂਰੀਆਂ ਕਰਦਾ ਹੋਊਗਾ, ਔਰ ਮੈਂਬਰ ਬਣ ਕੇ MLA ਦੀ ਸੀਟ ਜਾਂ MP ਦੀ ਸੀਟ ਵੱਲ ਨਹੀਂ ਦੇਖੂਗਾ। ਪਾਣੀ ਦੇਖੋ ਜੀ, ਡਾਕਟਰ ਮਨਮੋਹਨ ਸਿੰਘ ਨੇ 800 ਕਰੋੜ ਰੁਪਈਆ ਦਿੱਤਾ ਸੀ ਬਾਦਲ ਨੂੰ ਕਿ ਬੁੱਢਾ ਨਾਲਾ ਜਿਹੜਾ ਉਹਨੂੰ ਪ੍ਰੋਜੈਕਟ ਲਾ ਕੇ ਅਤੇ ਸਾਫ਼ ਕਰ, ਉਸ ਪਿਓ ਦੇ ਪੁੱਤ ਨੇ ਡਕਾਰ ਗਿਆ ਉਹ ਸਾਰੇ। ਅੱਜ ਜਦੋਂ ਸਤਲੁਜ ਅਤੇ ਪਾਣੀ ਮਿਲਦੇ ਨੇ, ਸੰਗਮ ਹੁੰਦਾ, ਅੱਧਾ ਦਰਿਆ ਕਾਲਾ ਅੱਧਾ ਚਿੱਟਾ, ਤੋ ਜਿਹੜਾ ਕਾਲਾ ਦਰਿਆ ਉਹਨੇ ਸਾਰੇ ਮਾਲਵੇ ਨੂੰ ਕੈਂਸਰ ਦੀ ਲਪੇਟ 'ਚ ਲੈ ਲਿਆ। ਮੱਛੀਆਂ ਤਾਂ ਮਰਨੀਆਂ, ਬੰਦੇ ਮਰਨ ਡਏ ਨੇ, ਪਰ ਇਸ ਮਾਲਵੇ ਦੇ ਰਹਿਣ ਵਾਲੇ ਬਛਿੰਦੇ ਨੂੰ ਉਹਨਾਂ 'ਤੇ ਤਰਸ ਨਹੀਂ ਆਇਆ। ਸ਼ੋ ਪੀਸ ਇੱਕ ਸ਼ੋ ਕੇਸ ਵਿੱਚ ਰੱਖੇ ਵਾਲੇ ਪਹਿਲਵਾਨ ਨੇ, ਇਹਨਾਂ ਨੇ ਕਦੀ ਕੌਮ ਦੇ ਨਾਂ ਕੰਮ ਆਏ ਅਤੇ ਨਾ ਇਹਨਾਂ ਆਉਣਾ ਨੇ। ਇਹ ਬਾਦਲ ਦੀਆਂ ਲਿੱਚੀਆਂ ਗਿੜਚੀਆਂ ਕਰਨ ਵਾਲੇ ਜਿਹੜੇ ਕੌਮ ਦੇ ਕੰਮ ਨਹੀਂ ਆ ਸਕਦੇ। ਪਾਕਿਸਤਾਨ ਦੇ ਜਿਹੜੇ ਸਿੱਖਾਂ ਦੀ ਮੁਸੀਬਤ ਆ ਉਹ ਜੋ ਚੰਗੇ ਢੰਗ ਨਾਲ ਸਰਕਾਰਾਂ ਹੱਲ ਕਰਦੀਆਂ ਅਤੇ ਕਰਨੀ ਪੈਣੀ ਹੈ, ਸਾਨੂੰ ਸਾਡੀਆਂ ਸਰਕਾਰਾਂ ਨੂੰ ਵੀ ਕਰਨੀ ਪੈਣੀ ਹੈ ਜੀ।